ਅਤੇ ਪੁਰਾਣੀਆਂ ਯਾਦਾਂ ਬਾਜ਼ਾਰ ਦੇ ਵਿੱਚੋਂ ਲੰਘਦੇ ਹੋਏ ਤਾਜ਼ੀਆਂ ਹੋ ਰਹੀਆਂ ਨੇਗੀਆਂ, ਜਦੋਂ ਮੈਂ ਅਤੇ ਅਲੀ ਜਮ੍ਹਾਂ ਲੰਡਰ ਬੰਦੇ ਹੁੰਦੇ ਸੀਗੇ। ਮੈਂ ਅਤੇ ਅਲੀ ਸ਼ਹਿਜ਼ਾਦ ਅਲੀ, ਤੁਹਾਨੂੰ ਬੜੀ ਯਾਦ ਹੋਣਾ। ਆਪਣੀਆਂ ਘੜੀ ਬਾਰੇ ਦੱਸ ਦਿਆਂਗਾ, ਮੈਨੂੰ ਲੱਗਦਾ ਇਹੋ ਜਿਹੀ ਗੱਲ ਕੋਈ ਸ਼ੇਅਰ ਨਹੀਂ ਕਰਦਾ ਹੁੰਦਾ ਹੈਗਾ, ਅਤੇ ਨਾ ਮੈਨੂੰ ਮਿਲਾ ਘਰ ਪਤਾ ਹੋਊ ਨਾ ਮੇਰੇ ਕਿਸੇ ਦੋਸਤ ਨੂੰ ਪਤਾ ਕਿ ਉਹ ਸਾਹਮਣੇ ਜਿਹੜਾ ਅੰਕਲ ਦੀ ਦੁਕਾਨ ਹੈ ਉਹਨੂੰ ਪਤਾ ਬਸ ਵੀ ਇਹ ਘੜੀ ਵੀ ਕੋਈ ਪੁਰਾਣੀ ਕਟਾ ਗਿਆ ਸੀਗਾ ਅਤੇ ਮੈਂ ਪੁਰਾਣੀ ਸੈਕਿੰਡ ਹੈਂਡ ਲਈ ਸੀ ਅਤੇ ਪੁਰਾਣੀ ਸੈਕਿੰਡ ਹੈਂਡ ਲਈ ਘਰ ਪਹੁੰਚ ਗਿਆ ਜੀ। ਕਿੰਨੇ ਟਾਈਮ 'ਚ? 6 ਵਜੇ ਤੁਰਿਆ ਸੀਗਾ, 8 ਵੱਜ ਗਏ, 2 ਘੰਟੇ 'ਚ ਘਰ ਪਹੁੰਚ ਗਿਆ। ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅਤੇ ਅੱਜ ਮੈਂ ਲੈ ਕੇ ਆਇਆ ਸੀ ਸਵੇਰੇ 9:59 ਅਤੇ ਉਹ ਆਪਾਂ ਉਹਨੇ ਫੋਟੋ ਸ਼ੂਟ ਲਈ ਭੇਜਤਾ ਸੀਗਾ ਅਤੇ ਹੁਣ ਮੇਰੇ ਕੋਲ ਸਾਧਨ ਨਹੀਂ ਹੈਗਾ ਕੋਈ ਅਤੇ ਮੇਰੇ ਉਹੀ ਮਨ 'ਚ ਆਇਆ ਵੀ ਅੱਜ 6 ਵੱਜ ਗਏ ਹੁਣ ਅਤੇ ਬੈਂਕ ਤੋਂ ਛੁੱਟੀ ਹੋ ਗਈ ਮੈਨੂੰ ਵੀ ਅੱਜ 9:59 ਦੀ ਤਾਂ ਚਲਿਆ ਗਿਆ ਹੁਣ ਫੋਟੋ ਸ਼ੂਟ ਲਈ ਅਤੇ ਮੈਂ ਹੈਗਾ ਪੈਦਲ ਅਤੇ ਹੁਣ ਆਪਾਂ ਘਰੋਂ ਫੋਨ ਨਹੀਂ ਕਰਦੇ ਹੈਗੇ ਵੀ ਕਿਸੇ ਨੂੰ ਕੋਈ ਮੈਨੂੰ ਲੈ ਕੇ ਜਾਊ ਜਾਂ ਮੇਰੇ ਦੋਸਤ ਨੂੰ ਕਿਸੇ ਨੂੰ ਮੈਨੂੰ ਛੱਡ ਕੇ ਆਓ, ਅੱਜ ਤੁਰ ਕੇ ਹੀ ਘਰ ਜਾਣਾ ਹੈਗਾ। ਸ਼ਹਿਰ ਦੇ ਨਾਲ ਹੀ ਮੇਰਾ ਪਿੰਡ ਪੈਂਦਾ ਬੱਗੂਆਣਾ ਅਤੇ ਹੋਊਗਾ 5-7 ਕਿਲੋਮੀਟਰ 4 ਕਿਲੋਮੀਟਰ ਹੋਣਾ ਹੈਗਾ ਅਤੇ ਪਹਿਲਾਂ ਮੈਂ ਉੱਥੋਂ ਡੇਲੀ ਰਾਜ ਹਾਈ ਸਕੂਲ ਆ ਥੋੜ੍ਹੀ ਦੂਰੀ ਹੈ ਉਰੇ ਬੈਂਕ ਤੋਂ ਅਤੇ ਮੇਰੀ ਫਾਦਰ ਨਾਲ ਸਾਈਕਲ ਲੈਣ ਪਿੱਛੇ ਅਸੀਂ ਮੈਂ ਰੁੱਸ ਗਿਆ ਘਰ ਅਤੇ ਉਹ ਤੋਂ ਬਾਅਦ ਸਾਈਕਲ ਮੈਨੂੰ ਤੋਂ ਬਾਅਦ ਤਾਂ ਕੈਰੀਅਰ ਵਾਲਾ ਅਤੇ ਪਲੱਸ 1 ਦੀ ਗੱਲ ਹੈਗੀ ਜਦੋਂ ਮੈਂ ਇੱਧਰ ਰਾਜ ਹਾਈ ਸਕੂਲ 'ਚ ਆਇਆ ਸੀਗਾ ਅਤੇ ਉਹ ਸਾਈਕਲ ਮੈਨੂੰ ਪਸੰਦ ਨਹੀਂ ਸੀਗਾ ਅਤੇ ਮੈਂ ਸਾਈਕਲ ਫਿਰ ਲੈ ਕੇ ਨਹੀਂ ਜਾਂਦਾ ਹੁੰਦਾ ਸੀ, ਮੈਂ ਰੁੱਸ ਕੇ ਮੈਂ ਤੁਰ ਕੇ ਹੀ ਜਾਂਦਾ ਹੁੰਦਾ ਸੀਗਾ ਰਾਜਹੀ ਤੋਂ ਸਕੂਲ ਤੋਂ ਪਿੰਡ ਤੱਕ ਮੈਂ ਤੁਰ ਕੇ ਜਾਂਦਾ ਸੀ, ਮੈਂ ਸਾਈਕਲ ਨਹੀਂ ਲੈ ਕੇ ਆਉਂਦਾ ਆਪਣਾ ਅਤੇ ਮੇਰੀ ਪਸੰਦ ਦਾ ਸਾਈਕਲ ਹੀ ਲਵਾਇਆ ਸੀ ਉਦੋਂ ਅਤੇ ਉਹ ਦਿਨ ਬਸ ਯਾਦ ਕਰਨ ਦੀ ਕੋਸ਼ਿਸ਼, ਇਕੱਲੀ ਇਕੱਲੀ ਦੁਕਾਨ ਦੇਖਦੇ ਜਾਣਾ, ਤੁਰਦੇ ਇੱਧਰ ਉੱਧਰ ਜਾਣਾ ਅਤੇ ਉਹੀ ਚੀਜ਼ ਅੱਜ ਬਸ ਦੁਬਾਰੇ ਉਹੀ ਯਾਦਾਂ ਤਾਜ਼ੀਆਂ ਕਰਨ ਦੀ ਕੋਸ਼ਿਸ਼ ਕਰਦੇ ਅਤੇ ਤੁਰ ਕੇ ਹੀ ਪਿੰਡ ਨੂੰ ਚੱਲਾਂਗੇ। ਸੰਗਰੂਰ ਦੇ 4 ਦਰਵਾਜ਼ੇ ਹੁੰਦੇ ਸੀਗੇ, ਪਟਿਆਲਾ ਗੇਟ, ਸੁਨਾਮੀ ਗੇਟ, ਧੂਰੀ ਗੇਟ ਅਤੇ ਨਾਭਾ ਗੇਟ ਅਤੇ ਉਹ ਗੇਟ ਤਾਂ ਸਮੇਂ ਦੇ ਨਾਲ ਖਤਮ ਹੋ ਚੁੱਕੇ ਪਰ ਅੱਜ ਵੀ ਬਾਜ਼ਾਰਾਂ ਦੇ ਨਾਮ ਉਵੇਂ ਹੀ ਨੇਗੇ, ਸੁਨਾਮੀ ਗੇਟ ਬਾਜ਼ਾਰ, ਧੂਰੀ ਗੇਟ ਬਾਜ਼ਾਰ, ਨਾਭਾ ਗੇਟ ਬਾਜ਼ਾਰ ਅਤੇ ਪਟਿਆਲਾ ਗੇਟ ਬਾਜ਼ਾਰ ਅਤੇ ਹੁਣ ਅੱਜ ਜਿੱਥੇ ਮੈਂ ਖੜ੍ਹਾ ਇਹ ਹੈਗਾ ਪਟਿਆਲਾ ਗੇਟ ਬਾਜ਼ਾਰ ਅਤੇ ਪਟਿਆਲਾ ਗੇਟ ਬਾਜ਼ਾਰ ਤੋਂ ਮੈਂ ਪਹਿਲਾਂ ਧੂਰੀ ਗੇਟ ਬਾਜ਼ਾਰ ਵਿੱਚ ਦੀ ਲੰਘਣਾ ਹੈਗਾ ਹੁਣ ਅਤੇ ਉਹੀ ਪਟਿਆਲਾ ਗੇਟ ਤੋਂ ਧੂਰੀ ਗੇਟ ਨੂੰ ਜਾ ਰਹੇ ਹਾਂਗੇ। ਅਤੇ ਇੱਧਰ ਨੂੰ ਸੁਨਾਮੀ ਗੇਟ ਬਾਜ਼ਾਰ ਜਾਂਦਾ ਹੈਗਾ, ਆਹ ਠਾਣਾ ਸੰਗਰੂਰ ਕੀ ਵਾਲਾ ਜੀ, ਯੂਥ ਪਾਵਰ ਗਰੁੱਪ ਲਿਖਿਆ ਹੋਇਆ ਬਾਹਰ ਦੇਖੋ ਠਾਣੇ ਦੇ। ਰੌਣਕਾਂ ਬਾਜ਼ਾਰਾਂ 'ਚ ਬਹੁਤ ਜ਼ਿਆਦਾ ਨੇਗੀਆਂ ਅਤੇ ਇਹ ਸਾਡਾ ਨਾਭਾ ਗੇਟ ਬਾਜ਼ਾਰ ਅਤੇ ਇੱਧਰ ਜਿੱਧਰ ਹੁਣ ਸਿੱਧਾ ਜਾ ਰਿਹਾ ਇਹ ਸਾਡਾ ਧੂਰੀ ਗੇਟ ਬਾਜ਼ਾਰ ਅਤੇ ਉਰੇ ਆਪਣੇ ਇੱਕ ਮੈਂਬਰ ਦੀ ਦੁਕਾਨ ਹੈਗੀ ਇਰਸ਼ਾਦ ਮੁਹੰਮਦ ਬੁਟੀਕ। ਕਿਵੇਂ ਹੈ? ਠੀਕ ਠਾਕ। ਕਿਵੇਂ? ਮੈਂ ਦਿਖਾ ਦੀ ਤੇਰੀ ਦੁਕਾਨ ਲੰਘ ਰਿਹਾ ਸੀ ਮੈਂ ਅੱਜ ਤੁਰ ਕੇ ਜਾ ਰਿਹਾ ਹੈਗਾ ਘਰੇ। ਬਾਈਕ ਹੈ ਨਹੀਂ, ਨਾ ਟਰੈਕਟਰ ਹੈ, ਨਾ ਗੱਡੀ ਹੈ। ਹੋਰ ਕਿਵੇਂ ਚੱਲ ਰਿਹਾ ਕੰਮ ਕਰ? ਇਰਸ਼ਾਦ ਜੀ ਨੇ ਫੇਸਬੁੱਕ 'ਤੇ ਮੈਂ ਵੀਡੀਓ ਪਾਉਣਾ ਲਾਈਵ ਅਤੇ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਤੁਹਾਨੂੰ ਵੀ ਦੇ ਦੂੰਗਾ, ਦੇਖ ਲਿਓ। ਅਤੇ ਰੁਜ਼ਗਾਰ ਵਿੱਚ ਮਦਦ ਮੈਂ ਪਹਿਲਾਂ ਵੀ ਕਿਹਾ ਸੀ, ਇੱਕ ਵੀਡੀਓ ਪਾਈ ਸੀਗੀ ਅਤੇ ਇੱਕ ਉਹ ਸਾਹਮਣੇ ਦੁਕਾਨ ਇਹ ਅੰਕਲ ਤੋਂ ਮੈਂ ਸਾਰੀਆਂ ਘੜੀਆਂ ਘੜੀਆਂ ਇਹਨਾਂ ਤੋਂ ਲੈਣਾ ਹੁੰਦਾ ਹੈਗਾ ਅਤੇ ਆਹ ਵਾਲੀ ਘੜੀ ਵੀ ਇਹਨਾਂ ਤੋਂ ਲਈ ਸੀ, ਇਹਦੀ ਸਟੋਰੀ ਦੱਸਦਾ ਤੁਹਾਨੂੰ। ਮੈਨੂੰ ਬਹੁਤ ਟਾਈਮ ਹੋ ਗਿਆ, 4-5 ਸਾਲ ਹੋ ਗਏ ਉਹਨੇ ਆਹ ਘੜੀ ਲਈ ਨੂੰ। ਅਤੇ ਪੁਰਾਣੀਆਂ ਯਾਦਾਂ ਬਾਜ਼ਾਰ ਦੇ ਵਿੱਚੋਂ ਲੰਘਦੇ ਹੋਏ ਤਾਜ਼ੀਆਂ ਹੋ ਰਹੀਆਂ ਨੇਗੀਆਂ, ਜਦੋਂ ਮੈਂ ਅਤੇ ਅਲੀ ਜਮ੍ਹਾਂ ਲੰਡਰ ਬੰਦੇ ਹੁੰਦੇ ਸੀਗੇ। ਮੈਂ ਅਤੇ ਅਲੀ ਸ਼ਹਿਜ਼ਾਦ ਅਲੀ, ਤੁਹਾਨੂੰ ਬਸ ਯਾਦ ਹੋਣਾ, ਮੈਂ ਅਤੇ ਅਲੀ ਜਮ੍ਹਾਂ ਲੰਡਰ ਬੰਦੇ ਹੁੰਦੇ ਸੀਗੇ ਅਤੇ ਇਹ ਪਤਾ ਕੀ ਹੁੰਦਾ ਹੈਗਾ, ਮੈਂ ਇੱਕ ਚੀਜ਼ ਦਾ ਤਜਰਬਾ ਮੈਂ ਦੇਖਿਆ ਵੀ ਸਮੇਂ ਦੇ ਹਿਸਾਬ ਨਾਲ ਆਪਾਂ ਕਹਿੰਦੇ ਬੰਦੇ ਦੀ ਸੋਚ, ਮੇਰੀ ਅੱਜ ਇਹ ਸੋਚ ਹੈ ਜਾਂ ਮੇਰੇ ਵਰਗੀ ਕਿਸੇ ਦੀ ਸੋਚ ਹੀ ਨਹੀਂ ਹੈਗੀ ਜਾਂ ਬੰਦੇ ਦੀ ਇੱਕ, ਮੈਂ ਜਿਹੜੀ ਗੱਲ ਮੈਂ ਸਮਝਣ ਦੀ ਕੋਸ਼ਿਸ਼ ਕਰਿਓ ਵੀ ਸੋਚ ਹੁੰਦੀ ਹੈ। ਅੱਜ ਜਿਹੜੀ ਤੁਹਾਡੀ ਸੋਚ ਹੈ 2 ਸਾਲਾਂ ਬਾਅਦ ਜਾਂ 3 ਸਾਲਾਂ ਬਾਅਦ ਉਹਦੇ ਵਿੱਚ ਉਮਰ ਦੇ ਨਾਲ ਜਾਂ ਸਮੇਂ ਦੇ ਨਾਲ ਜਿਵੇਂ ਜਿਵੇਂ ਤੁਸੀਂ ਅੱਗੇ ਵੱਧਦੇ ਜਾਂਦੇ ਹੋ ਬਦਲਾਅ ਆਉਂਦਾ ਰਹਿੰਦਾ ਹੈਗਾ, ਤੁਹਾਡੀ ਸੋਚ ਵੀ ਬਦਲਦੀ ਰਹਿੰਦੀ ਹੈਗੀ, ਤੁਹਾਡਾ ਰਹਿਣ ਸਹਿਣ ਦਾ ਤਰੀਕਾ,
ਤੁਹਾਡਾ ਦੁਨੀਆ ਨੂੰ ਦੇਖਣ ਦਾ ਤਰੀਕਾ ਬਦਲਦਾ ਰਹਿੰਦਾ। ਹੁਣ ਮੈਂ ਚਲੋ ਇਹ 'ਚ ਮੈਂ ਹੁਣ ਸ਼ਰਮ ਨਹੀਂ ਮੰਨਦਾ ਕਿਉਂਕਿ ਉਹ ਮੇਰਾ ਪਹਿਲਾਂ ਅਸੀਂ ਇਹੋ ਜਿਹੇ ਸੀਗੇ ਅਤੇ ਜਦੋਂ ਬਾਜ਼ਾਰ 'ਚ ਭੀੜ ਹੁੰਦੀ ਸੀਗੀ ਜਾਂ ਰੌਣਕਾਂ ਲੱਗਣ ਲੱਗਦੀਆਂ ਸੀਗੀਆਂ ਤਾਂ ਉਸ ਟਾਈਮ ਸਾਡੀ ਸੋਚ 'ਚ ਕੁਛ ਹੋਰ ਹੁੰਦੀ ਸੀਗੀ ਵੀ ਲੈ ਵੀ ਭੀੜ ਹੈ ਨਜ਼ਾਰੇ ਨੇ ਹੈ ਨਾ ਵੀ ਸ਼ਹਿਰ 'ਚ ਰੌਣਕਾਂ ਲੱਗਿਆ ਗੇੜੀਆਂ ਲਾਇਆ ਕਰਾਂਗੇ ਮੋਟਰਸਾਈਕਲ ਕਦੇ ਉੱਧਰ ਕਦੇ ਇੱਧਰ ਅਤੇ ਹੁਣ ਉਹੀ ਜੇ ਹੁਣ ਉਹ ਸੋਚ ਹੈ ਕਿ ਹੁਣ ਦਿਮਾਗ ਕਿਤੇ ਹੋਰ ਜਾਂਦਾ ਵੀ ਡਿਵੈਲਪਮੈਂਟ ਕਣੀ ਜਾਂਦਾ ਹੈਗਾ ਦਿਮਾਗ ਜਾਂ ਸੁਧਾਰ ਕਣੀ ਜਾਂਦਾ ਦਿਮਾਗ ਜਾਂ ਸਿਸਟਮ ਕਿਤੇ ਕਣੀ ਜਾਂਦਾ ਦਿਮਾਗ ਹੁਣ ਉੱਦਾਂ ਦੀ ਸੋਚ ਹੋ ਗਈ ਅਤੇ ਇਹੀ ਸਮੇਂ ਨਾਲ ਸੋਚ ਦਾ ਫਰਕ ਪੈਂਦਾ ਰਹਿੰਦਾ ਹੈਗਾ। ਸ਼ਾਹ ਲਈ ਬਸ ਮੈਂ ਉਹ ਵੀਡੀਓ ਪਾ ਰਿਹਾ ਹੈਗਾ ਫੇਸਬੁੱਕ 'ਤੇ ਅਤੇ ਭਰਾ ਦੀ ਰੁਜ਼ਗਾਰ ਵਿੱਚ ਮਦਦ ਹੋ ਜੂਗੀ ਅਤੇ ਬਸ ਇਹੀ ਚੀਜ਼ ਹੈ ਅਤੇ ਆਹ ਮੈਨੂੰ ਕਹਿੰਦਾ ਮਾਧੁਰੀ ਕਿਹੜੀ ਦਿਸ਼ਕਤ ਕੀ ਹੈ ਨਾ ਦੀਕਸ਼ਿਤ ਮਾਧੁਰੀ ਨੇ ਕਹਿੰਦਾ ਪਾਇਆ ਹੋਇਆ ਸੀ ਕਿਸੇ ਨੇ ਇਹਨੂੰ ਫੋਟੋ ਭੇਜੀ ਵੀ ਇਹਦੇ ਨਾਲ ਦਾ ਬਣਾਉਣਾ ਤਾਂ ਇਹਨਾਂ ਨੇ ਆਪ ਕਢਾਈ ਕੱਢ ਕੇ ਆਪ ਤਿਆਰ ਕਰਤਾ ਹੈ ਨਾ ਅਤੇ ਆਹ ਜਿੰਨੇ ਵੀ ਇਹ ਆਕਾਰ ਤਿਆਰ ਕੀਤੇ ਹੋਏ ਨੇ ਸਾਰੇ ਆਪ ਕਢਾਈ ਕੱਢੀ ਹੋਈ ਹੈ ਇਹਨਾਂ ਨੇ ਦੁਕਾਨਾਂ ਵਾਲੇ ਜਿਹੜੇ ਹੋਰ ਲੈ ਜਾਂਦੇ ਨੇ ਵੱਡੀਆਂ ਦੁਕਾਨਾਂ ਵਾਲੇ ਇਹਨਾਂ ਤੋਂ ਹੀ ਜਿਵੇਂ ਜੇ 1000 ਦਾ ਲਿਆ ਤਾਂ 1500 ਦਾ ਵੇਚਦੇ ਨੇ ਜੇ 1500 ਦਾ ਲਿਆ ਤਾਂ 2500 ਦਾ ਵੇਚਦੇ ਨੇਗੇ ਉਹ ਇਸ ਤਰੀਕੇ ਨਾਲ ਅੱਗੇ ਜਾ ਕੇ ਵੇਚਦੇ ਨੇ ਅਤੇ ਉਰੋਂ ਸਸਤਾ ਰੇਟ ਪਊ ਇਹਨਾਂ ਤੋਂ ਅਤੇ ਚੱਲ ਲਾਈ ਹੋਈ ਆਪਾਂ ਤੁਹਾਨੂੰ ਆਪਣੀ ਆਹ ਘੜੀ ਬਾਰੇ ਦੱਸ ਦਿਆਂਗਾ ਮੈਨੂੰ ਲੱਗਦਾ ਇਹੀ ਜਿਹੀ ਗੱਲ ਕੋਈ ਸ਼ੇਅਰ ਨਹੀਂ ਕਰਦਾ ਹੁੰਦਾ ਹੈਗਾ ਅਤੇ ਨਾ ਮੈਨੂੰ ਮਿਲਾ ਘਰ ਪਤਾ ਹੋਊ ਨਾ ਮੇਰੇ ਕਿਸੇ ਦੋਸਤ ਨੂੰ ਪਤਾ ਕਿ ਉਹ ਸਾਹਮਣੇ ਜਿਹੜਾ ਅੰਕਲ ਦੀ ਦੁਕਾਨ ਹੈ ਉਹਨੂੰ ਪਤਾ ਬਸ ਵੀ ਇਹ ਘੜੀ ਵੀ ਕੋਈ ਪੁਰਾਣੀ ਕਟਾ ਗਿਆ ਸੀਗਾ ਅਤੇ ਮੈਂ ਪੁਰਾਣੀ ਸੈਕਿੰਡ ਹੈਂਡ ਲਈ ਸੀ ਅਤੇ ਪੁਰਾਣੀ ਸੈਕਿੰਡ ਹੈਂਡ ਲਈ ਸੀਗੀ ਨਾ ਤਾਂ ਵੀ ਜਾਂ ਤਾਂ ਮੈਂ ਇੰਨੀ ਮਹਿੰਗੀ ਮੈਂ ਉਸ ਟਾਈਮ ਮੈਂ ਲੈ ਨਹੀਂ ਸਕਦਾ ਸੀਗਾ ਅਤੇ ਉਦੋਂ ਫਿਰ ਮੈਂ ਇਹ 2700 ਰੁਪਏ ਦੀ ਲਈ ਸੀਗੀ ਇਹਦਾ ਪਤਾ ਨਹੀਂ 10,000 9-10,000 ਇਹਦਾ ਰੇਟ ਸੀਗਾ ਉਸ ਟਾਈਮ ਅਤੇ ਮੈਂ 2700 ਰੁਪਏ ਦੀ 2900 ਰੁਪਏ ਦੀ ਮੈਂ ਪੁਰਾਣੀ ਘੜੀ ਲਈ ਸੀ ਇਹ ਅਤੇ ਵਧੀਆ ਚੱਲੀ ਜਾ ਰਹੀ ਹੈ 5 ਸਾਲ ਹੋ ਗਏ ਅਤੇ ਜਿਹੜਾ ਭਰਾ ਕਟਾ ਕੇ ਗਿਆ ਸੀਗਾ ਅਤੇ ਉਹਦਾ ਧੰਨਵਾਦ ਅੱਜ ਕਰ ਰਿਹਾ ਕਿਉਂਕਿ ਜਦੋਂ ਦੀ ਮੈਂ ਇਹ ਘੜੀ ਲਈ ਹੈਗੀ ਅਤੇ ਤੁਸੀਂ ਸੋਚ ਨਹੀਂ ਸਕਦੇ ਵੀ 5 ਸਾਲ 'ਚ ਜਾਂ ਚਾਰ ਪੰਜ ਸਾਲ ਹੋ ਗਏ ਮੈਨੂੰ ਸ਼ੁਰੂ ਕੀਤੇ ਨੂੰ ਅਤੇ ਮੇਰੀ ਲਾਈਫ 'ਚ ਕਿੰਨਾ ਬਦਲਾਅ ਆਇਆ ਹੈਗਾ ਕਿਉਂਕਿ ਕਢਾਈ ਹੈ ਨਾ ਫੁੱਲ ਚੜਾਈ ਅਤੇ ਚੱਲ ਇਨਸ਼ਾਅੱਲਾ ਫਿਰ ਮਿਲਦੇ ਹਾਂ ਮੈਂ ਘੜੀ ਵਾਲੀ ਦੁਕਾਨ ਅੰਕਲ ਨੂੰ ਮਿਲ ਕੇ ਕਰਨ ਨੂੰ ਜਾਂਦਾ ਫਿਰ ਅਤੇ ਠੀਕ ਹੈ ਜੀ ਤੁਹਾਨੂੰ ਮਿਲਾਉਣੇ ਅੰਕਲ ਨਾਲ ਅੰਕਲ ਜੀ ਕੋਈ ਘੜੀ ਦੇ ਦਿਓ ਫਿਰ ਇਹਦੇ ਨਾਲ ਦੀ ਹੋਰ ਚੱਲੀ ਜਾ ਰਹੀ ਹੈ ਹਾਲੇ ਤੱਕ ਕਿੰਨੇ ਲਈ ਸੀ ਆਪਾਂ ਨੇ ਉਦੋਂ 2700 ਦੀ ਕਿ 2600 ਦੀ 2700 ਰੁਪਏ ਦੀ ਲਈ ਸੀ ਉਦੋਂ ਔਰ ਦੇਖੋ ਕਿੰਨਾ ਵਧੀਆ ਟਾਈਮ ਆ ਗਿਆ ਘੜੀ ਕਰਕੇ ਅੰਕਲ ਜੀ ਆ ਤਾਂ ਦੇਖੋ ਤੁਸੀਂ ਕਿੰਨੇ 4 ਸਾਲ 'ਚ ਬਦਲਾਅ ਹੋ ਗਿਆ ਨਾ ਪੂਰਾ ਕਿੰਨਾ ਵਧੀਆ ਟਾਈਮ ਲਿਆ ਤਾ ਅਤੇ ਕੋਈ ਹੋਰ ਅੰਕਲ ਜੀ ਕੋਈ ਵਧੀਆ ਮਾਡਲ ਕਿਹੜਾ ਚੱਲ ਰਿਹਾ ਹੁਣ ਸਭ ਤੋਂ ਵਧੀਆ ਉੱਪਰ ਉੱਧਰ ਵਧੀਆ ਹੁੰਦੀਆਂ ਨੇ ਘੜੀਆਂ ਬਹੁਤ ਚੱਲਣ ਵਾਲੀਆਂ ਦੇਖ ਰਹੇ ਕਿਹੜੀ ਲੈਂਦੇ ਹੈਗੇ ਅਰਸ਼ਾਦ ਕਿਹੜੀ ਦੁਬਾਰਾ ਮੈਨੂੰ ਘੜੀ ਦੇ ਅੱਜ ਮੈਂ ਐਡ ਕਰਤੀ ਹੈ ਤੇਰੀ ਮੈਂ ਐਡ ਕਰਤੀ ਅੱਜ ਸੂਟਾਂ ਦੀ ਨਹੀਂ ਕੋਈ ਨਹੀਂ ਚਾਹੀਦੀ ਘੜੀ ਅਤੇ ਹਾਂਜੀ ਦੋਸਤੋ ਫਿਰ ਚੱਲ ਪਏ ਆਪਣੀ ਮੰਜ਼ਿਲ ਵੱਲ ਤੁਰ ਕੇ ਭਤੂਰੀ ਗੇਟ ਬਾਜ਼ਾਰ 'ਚੋਂ ਨਿਕਲਣ ਵਾਲੇ ਹਾਂ ਅੱਗੇ ਆਜੂ ਆਪਣਾ ਬੱਸ ਸਟੈਂਡ ਤੁਰਦੇ ਆਪਣਾ ਇੱਕ ਭਰਾ ਮਿਲੇਗਾ ਸਬਸਕ੍ਰਾਈਬਰ ਕੀ ਨਾਮ ਹੈ ਬਾਈ ਤੁਹਾਡਾ ਅਵਤਾਰਗਿਰੀ ਯੂਟਿਊਬ 'ਤੇ ਕੀ ਨਾਮ ਤੇ ਅਵਤਾਰਗਿਰੀ ਅਤੇ ਬਾਈ ਕਹਿੰਦਾ ਵੀ ਆਪਣੇ ਭਾਣਜੇ ਕੋਲ ਫੋਰਡ ਹੈਗਾ ਕਹਿੰਦਾ ਉਹ ਬਾਲਾ ਚੌਂਕੀ ਕਹਿੰਦਾ ਫੋਰਡ ਤਿਆਰ ਕਰਨ 'ਤੇ ਕਿੰਨਾ ਖਰਚਾ ਆ ਜਾਣੇਗਾ ਅਤੇ ਸਾਰਾ ਕੁਝ ਦੱਸਿਆ ਹੋਇਆ ਦੁਕਾਨ ਹਾਂਜੀ ਪੇਂਟ ਕਰਾਲਾ ਬਸ ਜ਼ਿਆਦਾ ਖਰਚਾ ਨਹੀਂ ਹੁੰਦਾ ਹੁੰਦਾ ਫੋਰਡ ਦੇ ਸਮਾਨ ਪਟਿਆਲੇ ਤਾਂ ਸਸਤਾ ਹੀ ਮਿਲ ਜੂ ਬਾਕੀ ਮੈਨੂੰ ਪੁੱਛ ਲਈ ਜਿਹੜਾ ਪੁੱਛਣਾ ਹੋਊਗਾ ਠੀਕ ਹੈ ਚਲ ਓਕੇ ਵੀਰੇ ਥੈਂਕ ਯੂ ਇਹ ਤੋਂ ਕੇਕ ਬਣਾਇਆ ਸੀ ਟਰੈਕਟਰ ਵਾਲਾ ਆਪਾਂ ਨੇ ਅਤੇ ਆਹ ਸਾਹਮਣੇ ਸਾਡਾ ਬੱਸ ਸਟੈਂਡ ਆ ਗਿਆ ਬੱਸ ਸਟੈਂਡ ਦਾ ਗੇਟ ਆ ਗਿਆ ਅਤੇ ਆਹ ਜਿਹੜੀਆਂ ਲਾਈਟਾਂ ਦੇਖ ਰਹੇ ਹੋ ਨਾ ਖੰਭੇ ਦੇ ਉੱਤੇ ਲਾਈਟਾਂ ਲੱਗੀਆਂ ਹੋਈਆਂ ਨੇ ਸਾਰੀਆਂ ਅਸੀਂ ਯੂਥ ਪਾਵਰ ਗਰੁੱਪ ਵੱਲੋਂ ਲਵਾਈਆਂ ਸੀਗੀਆਂ ਅਤੇ ਸਾਰੀਆਂ ਅੱਜ ਬੰਦ ਪਈਆਂ ਨੇ ਅਤੇ ਹੈਰਾਨੀ ਦੀ ਗੱਲ ਜਦੋਂ ਅਸੀਂ ਲਾ ਰਹੇ ਸੀਗੇ ਲੋਕਾਂ ਨੂੰ ਐਂ ਹੋਇਆ ਕਰੇ ਵੀ ਯਾਰ ਕੀ ਭਾਲਦੇ ਨੇ ਕੀ ਚਾਹੀਦਾ ਇਹਨਾਂ ਨੂੰ ਵੋਟਾਂ ਲੈਣੀਆਂ ਨੇ ਕੀ ਲੈਣਾ ਜਾਂ ਪੈਸੇ ਖਾ ਰਹੇ ਨੇ ਆਹ ਸਾਰੇ ਸ਼ਹਿਰਾਂ 'ਚ ਟੋਟਲ ਇੱਧਰ ਜਿਹੜੇ ਬਾਜ਼ਾਰ 'ਚ ਮੈਂ ਲੰਘ ਕੇ ਆਇਆ ਸਾਰੇ ਸ਼ਹਿਰ 'ਚ ਆਪਣੇ ਵੱਲੋਂ ਲਾਈਟਾਂ ਲੱਗੀਆਂ ਉਸ ਤੋਂ ਬਾਅਦ ਅਸੀਂ ਭਗਵੰਤ ਮਾਨ ਤੋਂ ਪਾਸ ਕਰਵਾ ਕੇ ਉਹ ਵੀ ਅਸੀਂ ਆਪ ਲਾਈਆਂ ਲਾਈਟਾਂ ਅਤੇ ਲੋਕਾਂ ਨੂੰ ਲੱਗਿਆ ਕਦੇ ਪਤਾ ਨਹੀਂ ਕੀ ਖਾਣ ਨੂੰ ਫਿਰਦੇ ਹਾਂ ਅਸੀਂ ਇਹਦੇ ਵਿੱਚੋਂ ਅਤੇ ਆਹ ਬੰਦ ਪਈਆਂ ਨੇ ਹੁਣ ਮੁੜ ਕੇ ਨਾ ਕਿਸੇ ਦਾ ਬੱਚਾ ਲਾਉਣ ਕਣੀ ਧਿਆਨ ਚਲੋ ਮੈਨੂੰ ਲੱਗਦਾ ਆਪ ਹੀ ਕਰਨੀਆਂ ਪੈਣਗੀਆਂ ਹੁਣ ਤੀਜੀ ਚੌਥੀ ਵਾਰ ਫਿਰ ਖਰਾਬ ਹੋ ਗਈਆਂ ਦੇਖ ਲੋਕਾਂ ਨੇ ਆਪਦੀਆਂ ਜਿਹੜੀਆਂ ਚੱਲ ਰਹੀਆਂ ਨੇਗੀਆਂ ਉਹ ਆਪਦੀਆਂ ਦੁਕਾਨਾਂ ਕਣੀ ਕਰ ਲਈਆਂ ਆਪਦੇ ਦੁਕਾਨਾਂ ਦੇ ਬੋਰਡ ਕਣੀ ਕਰ ਲਏ ਵੀ ਸਾਡੀ ਦੁਕਾਨ 'ਤੇ ਲਾਈਟ ਪੈਣੀ ਚਾਹੀਦੀ ਹੈ ਹੋਰ ਚਾਹੇ ਸਾਰਾ ਸ਼ਹਿਰ ਹਨੇਰੇ 'ਚ ਮੜ ਜੇ ਇੱਦਾਂ ਦੀ ਸੋਚ ਹੋਈ ਪਈ ਹੈ ਲੋਕਾਂ ਦੀ ਚਲੋ ਉਰੇ ਸਾਡੇ ਲਾਈਟਾਂ ਵਾਲੇ ਚੌਂਕ 'ਚ ਲਾਈਟਾਂ ਨਾਂ ਦੇ ਹੀ ਲਾਈਟਾਂ ਵਾਲਾ ਹੈਗਾ
ਅੱਜ ਤੋਂ 15 ਸਾਲ ਪਹਿਲਾਂ ਉਰੇ ਲਾਈਟਾਂ ਚੱਲਦੀਆਂ ਸੀਗੀਆਂ, ਲਾਲ ਬੱਤੀਆਂ ਚੱਲਦੀਆਂ ਸੀਗੀਆਂ। ਉਸ ਤੋਂ ਬਾਅਦ ਇੱਧਰਲਾ ਤਾਂ ਕੋਈ ਬੱਤੀ ਪੱਟ ਕੇ ਲੈ ਗਿਆ। ਅਤੇ ਇੱਧਰ ਹੈਗਾ ਸਾਡਾ ਬੱਸ ਸਟੈਂਡ, ਹਾਂਜੀ ਬਾਬਾ ਜੀ। ਅਤੇ ਆਹ ਪਿੱਛੇ ਡੀ ਸੀ ਦਫ਼ਤਰ ਨੂੰ ਰਾਹ ਜਾਂਦਾ, ਇੱਧਰ ਇੱਧਰ ਨੂੰ ਮੇਰਾ ਘਰ ਹੈਗਾ ਬਰਨਾਲਾ ਰੋਡ, ਅਤੇ ਆਹ ਪਿੱਛੇ ਬਾਜ਼ਾਰ ਹੈਗਾ। ਅਤੇ ਆਹ ਚੌਂਕ 'ਚ ਵੀ ਲਾਈਟਾਂ ਸਾਡੇ ਯੂਥ ਪਾਵਰ ਗਰੁੱਪ ਵੱਲੋਂ ਲਾਈਆਂ ਹੋਈਆਂ ਸੀ, ਉਹ ਇੱਕ ਚੱਲ ਰਹੀ ਆ, ਉਹ ਵੀ ਸਾਡੇ ਵੱਲੋਂ ਲੱਗੀ ਹੋਈ ਹੈਗੀ। ਅਤੇ ਬਸ ਚੱਲੀ ਜਾਂਦਾ ਸਿਸਟਮ ਸਾਰਾ। ਤਨੇਜਾ ਜੁੱਤੀ ਸਟੋਰ, ਅਤੇ ਆਹ ਸੰਗਰੂਰ ਦੀ ਮਸ਼ਹੂਰ ਦੁਕਾਨ ਹੈਗੀ ਤਨੇਜਾ ਜੁੱਤੀ ਸਟੋਰ। ਅਤੇ ਆਹ ਸਾਡੇ ਪੱਤਰਕਾਰ ਸਾਹਿਬ, ਕਿਵੇਂ ਠੀਕ ਠਾਕ? ਹੋਰ ਕੀ ਵਾਲਾ ਵੀਰ, ਠੀਕ ਚੱਲਦਾ ਕੰਮ ਕਰ? ਵਧੀਆ ਚੌਂਕ 'ਚ ਦੁਬਾਰੇ ਚਲਾਉਣੇ ਆ ਲਾਈਟਾਂ ਨੂੰ ਸਾਰੀਆਂ ਨੂੰ ਚਲਾਉਣੇ ਆ, ਟਾਈਮ ਜਿਹਾ ਕੱਢ ਕੇ ਛੁੱਟੀ ਵਾਲੇ ਦਿਨ ਕੱਢਦੇ ਆ ਕਿਸੇ ਦਿਨ। ਕੈਮਰੇ 'ਚ ਯਾਰ ਮੈਂ ਇਹ ਹੈਰਾਨ ਹੈਗਾ, ਮੈਂ ਪਤਾ ਕਿਉਂ, ਨੀ ਠੀਕ ਕਰਾ ਰਿਹਾ ਵੀ ਯਾਰ ਲੋਕ ਕਿਹੋ ਜਿਹੇ ਗੁਲਾਮ ਹੋਏ ਪਏ ਨੇਗੇ, ਠੀਕ ਹੈ ਮੂਹਰੇ ਕੀ ਗੱਲ ਕਰ ਵੀ ਲੋਕ ਕਿਹੋ ਜਿਹੇ ਗੁਲਾਮ ਸੋਚਦੇ ਕੋ ਮਾਲਕ ਨੇਗੇ ਜਾਂ ਗੁਲਾਮ ਹੋਈ ਜਾਂਦੇ ਨੇਗੇ ਵੀ ਜਿਹੜਾ ਕੁਝ ਮਿਲਦਾ ਚੱਲੀ ਜਾਂਦੇ ਨੇ, ਬਸ ਛਿੱਤਰ ਖਾਈ ਜਾਂਦੇ ਨੇਗੇ ਸਰਕਾਰਾਂ ਨੂੰ, ਹੈਨਾ ਬਸ ਜਿਹੜਾ ਕੁਝ ਜੇ ਆਪਣੇ ਜੋ ਵੀ ਕੁਝ ਦੇ ਤਾ ਬਸ ਉਹਨੂੰ ਚੱਲੀ ਜਾਂਦੇ ਨੇ। ਕਿਸੇ ਦੀ ਬੋਲਣ ਦੀ ਹਿੰਮਤ ਨਹੀਂ ਹੈਗੀ ਵੀ ਸਾਨੂੰ ਆਹ ਚੀਜ਼ ਸਹੀ ਚਾਹੀਦੀ ਹੈ, ਸਾਡੀ ਲਾਈਟਾਂ ਨਹੀਂ ਖਰਾ, ਸਾਡੇ ਬਾਜ਼ਾਰਾਂ 'ਚ ਲਾਈਟਾਂ ਨਹੀਂ ਹੈਗੀਆਂ, ਹਨੇਰਾ ਹੈਗਾ ਜੋ ਵੀ ਹੈਗਾ, ਲੋਕ ਨਾ ਗਲੀਆਂ ਨਾਲੀਆਂ ਤੱਕ ਸੀਮਤ ਰਹਿ ਗਏ, ਸਾਡੀ ਗਲੀ ਬਣ ਜੇ ਸਾਡੀ ਨਾਲੀ ਬਣ ਜੇ ਲਾਈਟ ਦੇ ਪਏ, ਉਹ ਮੈਂ ਬਾਜ਼ਾਰ 'ਚ ਤਾਂ ਲਾਈਟ ਕਣੀ ਨੂੰ ਵੀ ਨਹੀਂ ਜਾਣਦੇ ਰਹੇ। ਹੁਣ ਜਦੋਂ ਇੱਥੇ ਤੁਸੀਂ ਨਾ 8:30 ਤੋਂ ਬਾਅਦ ਆਇਓ ਜਦੋਂ ਸਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ, ਉਸ ਤੋਂ ਬਾਅਦ ਆਇਓ, ਉਹ ਤੋਂ ਬਾਅਦ ਪਤਾ ਲੱਗੂ ਵੀ ਉਰੇ ਜਿਵੇਂ ਉਹ ਕਹਿੰਦੇ ਨੇ ਕਾਲ ਹਨੇਰਾ ਆ ਗਿਆ। ਇਹੀ ਚੀਜ਼ ਦੇਖ ਕੇ ਆਪਣੇ ਕੰਮ ਕਰਵਾਇਆ ਸੀਗਾ, ਆਪਣੀ ਮੰਜ਼ਿਲ ਵੱਲ ਨੂੰ ਫੇਰ ਤੁਰ ਪਏ ਆ। ਇਸ ਵਾਰ ਵੀ ਕਰਦੇ ਆ ਦੀਵਾਲੀ ਦੇ ਕੁਝ, ਤੇ ਬਸ ਸ਼ਹਿਰ ਦਿਖਾਉਂਦੇ ਜਾ ਰਹੇ ਹਾਂ ਤੁਹਾਨੂੰ। ਇਹ ਜੀ ਸਾਡੇ ਸੰਗਰੂਰ ਦਾ ਇਹ ਹੈ ਕੋਲਾ ਪਾਰਕ, ਉਰੇ ਬਹੁਤ ਵੱਡੇ ਵੱਡੇ ਬ੍ਰਾਂਡ ਨੇ, ਖਾਣ ਪੀਣ ਦੀਆਂ ਦੁਕਾਨਾਂ ਨੇਗੀਆਂ, ਨਜ਼ਾਰੇ ਲੈਂਦੇ ਨੇ ਰਾਤ ਨੂੰ ਉਰੇ ਲੋਕ, ਅਤੇ ਵਧੀਆ ਲੱਗ ਰਿਹਾ ਹੈਗਾ। ਓਏ ਹੋਏ ਬੜੀਆਂ ਚੀਜ਼ਾਂ ਮਿਸ ਕਰਦੇ ਹਾਂ ਜਦੋਂ ਆਪਾਂ ਗੱਡੀ 'ਚ ਲੰਘ ਜਾਂਦੇ, ਮੋਟਰਸਾਈਕਲ 'ਤੇ ਲੰਘ ਜਾਂਦੇ ਹੈਗੇ। ਆਹ ਇਹ ਸੰਗਰੂਰ ਦਾ ਇੰਡੀਆ ਗੇਟ, ਅਤੇ ਕਿਸੇ ਟਾਈਮ ਆਹ ਚੌਂਕ 'ਚ ਕੂੜਾ ਸੁੱਟਦੇ ਹੁੰਦੇ ਸੀਗੇ, ਅਤੇ ਇਹਨੂੰ ਆਹ ਜਿਹੜਾ ਗੇਟ ਬਣਿਆ ਹੋਇਆ ਨਾ, ਅਸੀਂ ਲੇਬਰ ਕਰਕੇ ਆਪ ਦਿਹਾੜੀ ਕਰਕੇ ਇਹ ਯੂਥ ਪਾਵਰ ਵੱਲੋਂ ਬਣਿਆ ਹੋਇਆ ਹੈਗਾ, ਯੂਥ ਪਾਵਰ ਦੀ ਟੀਮ ਨੇ ਬਣਾਇਆ ਹੋਇਆ ਹੈਗਾ। ਅਤੇ ਕੁਝ ਦਿਨਾਂ ਤੱਕ ਇਹਦੇ ਉੱਤੇ ਅਸੀਂ ਆਈ ਲਵ ਸੰਗਰੂਰ ਜਿਹੜੇ ਵੱਡੇ ਮਲਟੀ ਕਲਰ ਵੱਡੇ ਵੱਡੇ ਅੱਖਰਾਂ 'ਚ ਲਾਈਟਾਂ ਵਾਲਾ, ਜਿਵੇਂ ਆਈ ਲਵ ਚੰਡੀਗੜ੍ਹ ਅਲਾਂਟੇ ਦੇ ਬਾਹਰ ਲੱਗਿਆ ਹੋਇਆ ਨਾ, ਉਵੇਂ ਆਈ ਲਵ ਸੰਗਰੂਰ ਲਿਖਾਉਣਾ ਹੈ। ਇਹ ਚੌਂਕ ਆਪਣੀ ਨਿਸ਼ਾਨੀ ਹੈ, ਉਰੇ ਯੂਥ ਪਾਵਰ ਦੀ ਨਿਸ਼ਾਨੀ ਹੈ, ਸੰਗਰੂਰ 'ਚ ਮੋੜ ਲਾਈ ਹੋਈ ਹੈ ਸੰਗਰੂਰ 'ਤੇ। ਹਾਂਜੀ ਕੀ ਹਾਲ ਆ ਵੀਰੇ, ਠੀਕ ਠਾਕ ਹੋ? ਕੀ ਯੂਟਿਊਬ 'ਤੇ ਕੀ ਨਾਮ ਤੇ ਤੁਹਾਡਾ ਆਈ ਡੀ? ਯੂਟਿਊਬ 'ਤੇ ਮੇਰੀ ਨਹੀਂ ਹੈਗੀ ਸਰ। ਅੱਛਾ ਜੀ, ਤੁਹਾਡਾ ਦੇਖਦੇ ਹਾਂ ਵਿਕਰਮ ਸਿੰਘ ਜੀ। ਅੱਛਾ ਜੀ, ਨਹੀਂ ਤੁਹਾਡੇ ਚੈਨਲ ਦਾ ਆਪਣੇ ਵੀ ਬੱਚੇ ਦੇ ਨਾਮ 'ਤੇ ਆਪਦੇ ਜਿਹੜੀ ਉਹ ਹੈ ਕਿਹੜੀ ਜੀ ਆਈ ਡੀ, ਜਦੋਂ ਆਪਾਂ ਵਾਚ ਕਰਦੇ ਹੁੰਦੇ ਹੈਗੇ ਉਦੋਂ ਆਪਣੀ ਵੀ ਆਈ ਡੀ ਹੁੰਦੀ ਹੈਗੀ, ਆਪਾਂ ਯੂਜ਼ ਨਹੀਂ ਕਰਦੇ। ਠੀਕ ਹੈ, ਸਨੀ ਬਾਂਸਲ ਦੇ ਨਾਮ, ਸਨੀ ਬਾਂਸਲ ਦੇ ਨਾਮ 'ਤੇ ਹੈਗੀ। ਠੀਕ ਹੈ ਜੀ, ਅਤੇ ਵਧੀਆ ਲੱਗਦੀ ਨੇ ਵੀਡੀਓ? ਬਹੁਤ ਵਧੀਆ, ਅੱਜ ਮੈਂ ਤੁਰ ਕੇ ਬਣਾ ਰਿਹਾ ਹੈਗਾ ਵੀ ਬਾਜ਼ਾਰ 'ਚ, ਬੈਂਕ ਤੋਂ ਘਰੇ ਤੁਰ ਕੇ ਜਾ ਰਿਹਾ। ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ, ਤੁਰ ਕੇ ਜਾ ਰਿਹਾ। ਬਾਕੀ ਆਹ ਆਪਣਾ ਗੇਟ ਦਿਖਾ ਰਿਹਾ ਸੀਗਾ ਵੀ ਗੇਟ ਯੂਥ ਪਾਵਰ ਵੱਲੋਂ ਆਪਣੇ ਵੱਲੋਂ ਬਣਿਆ ਹੋਇਆ ਸਾਰਾ, ਪੂਰੇ ਇੱਕ ਦੋ ਦਿਨਾਂ ਤੱਕ ਆਈ ਲਵ ਸੰਗਰੂਰ ਲਿਖਾ ਦੇਣਾ ਸੀ। ਬਹੁਤ ਵਧੀਆ ਤਿਆਰ ਹੈ, ਉੱਪਰ ਆਈ ਲਵ ਜਿਵੇਂ ਅਲਾਂਟੇ ਮਾਲ 'ਚ ਨਹੀਂ ਹੁੰਦਾ, ਆਈ ਲਵ ਚੰਡੀਗੜ੍ਹ ਬਾਹਰ ਲਿਖਿਆ ਹੋਇਆ, ਉਵੇਂ ਛੋਟਾ ਸਾਈਜ਼ ਦਾ ਆਈ ਲਵ ਸੰਗਰੂਰ। ਠੀਕ ਹੈ ਜੀ, ਬਹੁਤ ਦਿਨਾਂ ਤੋਂ ਮੈਂ ਵੇਟ ਕਰ ਰਿਹਾ ਸੀ ਵੀ ਭਾਜੀ ਨਾਲ ਮੁਲਾਕਾਤ ਹੋਵੇ। ਠੀਕ ਹੈ, ਅੱਜ ਹੋ ਗਈ ਮੁਲਾਕਾਤ ਜੀ, ਬਹੁਤ ਵਧੀਆ ਲੱਗ ਰਿਹਾ। ਠੀਕ ਹੈ, ਠੀਕ ਹੈ, ਥੈਂਕ ਯੂ ਵੀਰੇ, ਥੈਂਕ ਯੂ, ਥੈਂਕ ਯੂ, ਕਰੋ ਇੰਜੋਏ। ਠੀਕ ਹੈ, ਥੈਂਕ ਯੂ ਭਾਜੀ, ਵਾਹ, ਥੈਂਕ ਯੂ ਭਾਜੀ, ਥੈਂਕ ਯੂ। ਆਪਣੇ ਯੂਟਿਊਬ ਸਬਸਕ੍ਰਾਈਬਰ, ਆਪਣੀ ਗੱਲ ਚੱਲ ਰਹੀ ਸੀਗੀ ਆ ਗੇਟ ਦੀ, ਅਤੇ ਗੇਟ ਨੂੰ ਬਸ ਉਰੇ ਆ ਉੱਪਰ ਜਿਹੜੀ ਇਹਦੀ ਪਹਿਲੀ ਸੈਲਫ ਹੈ ਨਾ, ਆਹ ਸੈਲਫ ਪਹਿਲੀ ਹੈਗੀ, ਇਹਦੇ ਉੱਤੇ ਵੱਡੇ ਅੱਖਰਾਂ 'ਚ ਲਿਖਿਆ ਜਾਊਗਾ। ਇਹ ਦੇਖਣ 'ਚ ਦੂਰ ਤੋਂ ਛੋਟਾ ਲੱਗਦਾ ਹੈਗਾ, 13-14 ਫੁੱਟ ਉੱਚਾਈ ਹੈਗੀ, ਨੀਚੇ ਨਿਓ ਬਹੁਤ ਤਕੜੀ ਭਰੀ ਹੋਈ ਇਹਦੀ ਆਪਾਂ ਨੇ। ਅਤੇ ਬਸ ਉਰੇ ਲਿਖਾਵਾਂ ਆਈ ਲਵ ਸੰਗਰੂਰ, ਅਤੇ ਆ ਗਏ ਬਰਨਾਲਾ ਚੌਂਕ, ਸਾਡੇ ਸੰਗਰੂਰ ਦਾ ਬਰਨਾਲਾ ਚੌਂਕ, ਇੱਧਰ ਨੂੰ ਜਾਂਦਾ ਹੈਗਾ ਲੁਧਿਆਣੇ ਨੂੰ ਰਾਹ, ਸਾਹਮਣੇ ਪੁਲਕਣੀ ਨੂੰ ਜਾਂਦਾ ਹੈਗਾ ਬਰਨਾਲੇ ਨੂੰ, ਅਤੇ ਇੱਧਰ ਨੂੰ ਦਿੱਲੀ ਸੁਨਾਮ।
ਆਪਣਾ ਪਿੰਡ ਉਧਰ ਨੂੰ ਹੀ ਹੈਗਾ। ਅੱਜ ਇੱਕ ਗੱਲ ਦਾ ਪਤਾ ਲੱਗ ਗਈ ਵੀ ਤੁਰ ਕੇ ਜਾਂਦੇ ਹੋਏ ਜਾਂ ਪੁਲ ਚੜ੍ਹਦੇ ਹੋਏ ਇਕੱਲਾ ਗੱਡੀ ਦਾ ਨਹੀਂ ਆਪਣਾ ਵੀ ਬੰਦੇ ਦਾ ਵੀ ਜ਼ੋਰ ਲੱਗਦਾ ਯਾਰ ਜਦੋਂ ਪੁਲ ਚੜ੍ਹਦਾ ਹੈਗਾ। ਚਲੋ ਇੰਜੋਏ ਕਰਦੇ ਜਾ ਰਹੇ ਹੈਗਾ ਲਾਈਫ ਇੱਕ ਤਰ੍ਹਾਂ ਨਾਲ, ਜਿਹੜੀ ਚੀਜ਼ਾਂ ਇੰਨੇ ਸਾਲ ਤੋਂ ਮਿਸ ਕਰ ਰਹੇ ਸੀਗੇ, ਹੈ ਨਾ। ਬਹੁਤ ਗੱਲਾਂ ਮੈਂ ਮਿਸ ਕਰ ਰਿਹਾ ਸੀ, ਮਿਸ ਮਤਲਬ ਵੀ ਨਜ਼ਰ ਅੰਦਾਜ਼ ਉਹ ਵਾਲਾ ਮਿਸ, ਠੀਕ ਹੈ, ਯਾਦ ਵਾਲਾ ਮਿਸ ਨਹੀਂ, ਵੀ ਨਜ਼ਾਰੇ ਉਹ ਵਿਊ, ਉਹ ਮਿਲਵਰਤਨ ਲੋਕਾਂ ਨਾਲ, ਲੋਕਾਂ 'ਚ ਵਿਚਰਨ ਵਾਲਾ ਕੰਮ, ਵੀ ਸਿੱਧਾ ਗੱਡੀ ਲਓ, ਮੋਟਰਸਾਈਕਲ ਲਓ, ਭਜਾ ਕੇ ਸਿੱਧਾ ਘਰੇ, ਘਰੋਂ ਭਜਾ ਕੇ ਸਿੱਧਾ ਬੈਂਕ, ਵਧੀਆ ਫੀਲਿੰਗ। ਅਤੇ ਪਹਿਲਾਂ ਤਾਂ ਬਹੁਤ ਸਾਲ ਹੋ ਗਏ, ਹੁਣੇ ਮੈਂ ਉਰੋਂ ਤੁਰ ਕੇ ਵੀ ਆਪਣੇ ਪਿੰਡ ਤੱਕ ਨਹੀਂ ਗਿਆ, ਉਰੋਂ 2 ਕਿਲੋਮੀਟਰ ਦਾ ਰਾਹ ਹੈਗਾ, ਅਤੇ ਪਿੰਡ ਵਾਲੀ ਸੜਕ 'ਤੇ ਵੀ ਤੁਰਿਆ ਨਹੀਂ ਹੈਗਾ, ਅਤੇ ਇੰਨਾ ਕੁ ਗੱਡੀਆਂ ਕਾਰਾਂ ਮੋਟਰਸਾਈਕਲਾਂ ਦਾ ਮੂੰਹ ਪੈ ਗਿਆ, ਅਤੇ ਬਹੁਤ ਵਧੀਆ ਲੱਗ ਰਿਹਾ ਹੈਗਾ ਅੱਜ ਇੰਨੇ ਸਾਲ ਬਾਅਦ। ਪਹਿਲਾਂ ਮੈਂ ਸਕੂਲ ਡੇਲੀ ਤੁਰ ਕੇ ਰਾਜਸ਼ਾਹੀ ਸਕੂਲ ਤੱਕ ਜਾਂਦਾ ਸੀਗਾ, ਇੱਕ ਕੋਨੇ ਤੋਂ ਸੰਗਰੂਰ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਮੈਂ ਤੁਰ ਕੇ ਜਾਂਦਾ ਸੀ, ਤੁਰ ਕੇ ਆਉਂਦਾ ਸੀਗਾ, ਅਤੇ ਆਹ ਹੁਣ ਗੱਡੀਆਂ ਕਾਰਾਂ ਨੇ ਪੱਟ ਲਏ ਬਾਈ। ਪੁਲਿਸ ਲਾਈਨ ਦਾ ਏਰੀਆ ਆ ਗਿਆ, ਪੁਲਿਸ ਲਾਈਨ ਇੱਧਰ, ਕੀ ਹਾਲ ਹੈ, ਠੀਕ ਠਾਕ, ਅਤੇ ਮੇਰੇ ਠੀਕ ਠਾਕ, ਹੋਰ ਕੀ ਹਾਲ ਹੈ ਰਿਜਨ, ਠੀਕ ਠਾਕ। ਅਤੇ ਇੱਧਰ ਪੁਲਿਸ ਲਾਈਨ ਦਾ ਏਰੀਆ ਹੈਗਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ, ਸਾਈਡ 'ਤੇ ਪੁਲਿਸ ਲਾਈਨ ਦਾ ਗੇਟ ਹੈਗਾ, ਅਤੇ ਸੱਜੇ ਪਾਸੇ ਪੁਲਿਸ ਲਾਈਨ ਹੈ, ਖੱਬੇ ਪਾਸੇ ਸਾਡੇ ਉਰੇ ਜੇਲ੍ਹ ਹੈ, ਸੰਗਰੂਰ ਜੇਲ੍ਹ, ਜ਼ਿਲ੍ਹਾ ਸੁਧਾਰ ਘਰ, ਅਤੇ ਆਹ ਮੇਰੇ ਨਾਲ ਸਾਈਡ 'ਤੇ ਸੰਗਰੂਰ ਦੀ ਜੇਲ੍ਹ ਹੈਗੀ, ਬਸ ਆ ਜੇਲ੍ਹ ਦਾ ਗੇਟ ਹੈਗਾ, ਜ਼ਿਲ੍ਹਾ ਸੁਧਾਰ ਘਰ, ਅਤੇ 1 ਕਿਲੋਮੀਟਰ ਰਹਿ ਗਿਆ ਆਪਣਾ ਘਰ ਮੈਨੂੰ ਲੱਗਦਾ, ਇਹ ਤੋਂ ਅੱਗੇ 1-1.5 ਕਿਲੋਮੀਟਰ ਰਹਿੰਦਾ ਹੋਊਗਾ। ਕਿਵੇਂ, ਅਤੇ ਆਹ ਜੀ ਮੇਰੇ ਪਿੰਡ ਦਾ ਦਰਵਾਜ਼ਾ, ਸ਼ਹੀਦ ਭਾਈ ਕਮਲਜੀਤ ਸਿੰਘ ਬੱਗੂਆਣਾ ਯਾਦਗਾਰੀ ਗੇਟ, ਅਤੇ ਚੱਲੇ ਜੀ ਪਿੰਡ ਵਾਲੀ ਸੜਕ 'ਤੇ। ਪਿੰਡ ਵਾਲੀ ਸੜਕ 'ਤੇ ਵੀ ਉਰੇ ਲਾਈਟਾਂ ਲਾਈਆਂ ਸੀਗੀਆਂ, ਇਹ ਵੀ ਬੰਦ ਹੋਈਆਂ ਪਈਆਂ ਨੇਗੀਆਂ, ਮੁੜ ਕੇ ਕਿਸੇ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ। ਅਤੇ ਇੱਕ ਮਿੰਟ ਮੈਂ ਤੁਹਾਨੂੰ ਫਲੈਸ਼ ਲਾ ਕੇ ਦਿਖਾਉਣਾ। ਅਤੇ ਉਰੇ ਸਾਡਾ ਇੱਕ ਪਲਾਟ ਸੀਗਾ ਮੇਨ ਰੋਡ 'ਤੇ ਉਰੇ, ਅਤੇ ਆਹ ਟਾਵਰ ਲੱਗਿਆ ਹੋਇਆ ਇਹਦੇ ਵਿੱਚ, ਪਤਾ ਨਹੀਂ ਦਿਖ ਰਿਹਾ, ਪਤਾ ਨਹੀਂ ਨਾ, ਆਹ ਦਿਖ ਰਿਹਾ ਤੁਹਾਨੂੰ ਟਾਵਰ, ਅਤੇ ਆਹ ਟਾਵਰ ਸਾਡੇ ਪਲਾਟ 'ਚ ਲੱਗਿਆ ਹੋਇਆ, ਇਹਦਾ ਕਿਰਾਇਆ ਹੁੰਦਾ ਮੰਥਲੀ ਸਿੱਧੂ। ਰੈਂਟ 'ਤੇ ਕਾਫੀ ਸਾਲ ਹੋ ਗਏ, 10 ਸਾਲ ਵਾਂਗੂ ਹੋ ਗਏ ਟਾਵਰ ਲੱਗੇ ਨੂੰ। ਘਰ ਪਹੁੰਚ ਗਿਆ ਜੀ, ਕਿੰਨੇ ਟਾਈਮ 'ਚ, 6 ਵਜੇ ਤੁਰਿਆ ਸੀਗਾ, 8 ਵੱਜ ਗਏ, 2 ਘੰਟੇ 'ਚ ਘਰ ਪਹੁੰਚ ਗਿਆ। ਕੀ ਹੋ ਗਿਆ, ਕੌਣ ਰੋ ਰਿਹਾ ਹੈ, ਕੌਣ ਰੋ ਰਿਹਾ, ਕੀ ਹੋ ਗਿਆ, ਐਡਾ ਕੋਈ ਖਾਸ ਨਹੀਂ ਕੀਤਾ ਅੱਜ, ਕੁਛ ਵੀ ਨਹੀਂ ਕੀਤਾ, ਬਸ ਤੁਰ ਕੇ ਆਏ ਸੀਗੇ, ਅਤੇ ਉਹ ਚੀਜ਼ ਬਸ ਤੁਹਾਡੇ ਨਾਲ ਸਾਂਝੀ ਕੀਤੀ, ਅਤੇ ਘਰ ਪਹੁੰਚ ਗਏ ਹੈਗੇ ਜੀ। ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊਗੀ, ਕੁਛ ਨਵਾਂ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ, ਅਤੇ ਮਿਲਦੇ ਹਾਂ ਅਗਲੀ ਘੈਂਟ 'ਚ ਵੀਡੀਓ ਲੈ ਕੇ ਆਉਂਦੇ ਹਾਂ, ਉਹਦੇ ਵਿੱਚ ਮਿਲਦੇ ਹਾਂ। ਅਤੇ ਆਹ ਦਿਖਾਵਾਂ ਤੁਹਾਨੂੰ ਇੱਕ ਚੀਜ਼, ਆਹ CM ਤੋਂ ਅਵਾਰਡ ਮਿਲਿਆ ਸੀਗਾ ਮੈਨੂੰ, ਓਕੇ ਜੀ ਬਾਏ।